ਹੁਣ ਅੰਮ੍ਰਿਤਸਰ ਦੇ ਵਿੱਚ ਵੀ ਓਪਨ ਹੋ ਗਿਆ ਵਰਲਡ ਕਲਾਸ ਫੈਸਿਲਿਟੀ ਦੇ ਨਾਲ ਟੋਨੀ ਐਂਡ ਗਾਈ ਯੂਨੀਸੈਕਸ ਸਲੂਨ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇੰਟਰਨੈਸ਼ਨਲ ਦੀ ਪਹਿਲੀ ਫਰੈਂਚਾਈਜ਼ੀ ਹੈ ਜੋ ਕਿ ਅੰਮ੍ਰਿਤਸਰ ਦੇ ਵਿੱਚ ਖੁੱਲੀ ਹੈ। ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਹਲਦੀ ਰਾਮ ਬਿਲਡਿੰਗ ਦੀ ਬੇਸਮੈਂਟ ਦੇ ਵਿੱਚ ਇਹ ਬ੍ਰਾਂਚਿਸ ਖੁੱਲੀ ਹੈ। ਉੱਥੇ ਤੁਹਾਨੂੰ ਦੱਸ ਦਈਏ ਕਿ ਓਵਰਆਲ ਗੱਲ ਕੀਤੀ ਜਾਵੇ ਤਾਂ ਇਸਦੀ 615 ਬ੍ਰਾਂਚਿਸ ਹੈ ਅਤੇ ਪੰਜਾਬ ਦੇ ਵਿੱਚ ਚੌਥੀ ਬ੍ਰਾਂਚ ਜਿਹੜੀ ਹੈ ਇਸਦੀ ਖੁੱਲੀ ਹੈ। ਤੁਹਾਨੂੰ ਦੱਸ ਦਈਏ ਕਿ ਇਸਦੇ ਪੈਕੇਜਸ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਪੈਕੇਜਸ ਇੱਥੇ ਅਵੇਲੇਬਲ ਨੇ, ਬਹੁਤ ਸਾਰੀਆਂ ਫੈਸਿਲਿਟੀਜ਼ ਅਵੇਲੇਬਲ ਨੇ। ਸਰਵਿਸਿਜ਼ ਦੀ ਗੱਲ ਕੀਤੀ ਜਾਵੇ ਤਾਂ ਡਿਫਰੈਂਟ ਟਾਈਪ ਆਫ ਸਰਵਿਸਿਜ਼ ਫੈਸਿਲਿਟੀ ਹੈ, ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਪੈਕੇਜਸ ਦੇ ਨਾਲ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਲਗਜ਼ਰੀ ਹਾਈ ਬ੍ਰਾਂਡ ਦੀ ਪੈਕੇਜਸ ਵੀ ਅਵੇਲੇਬਲ ਨੇ। ਉੱਥੇ ਹੀ ਕਿਹਾ ਜਾ ਰਿਹਾ ਹੈ ਕਿ ਇੱਕ ਵਾਰ ਇੱਥੇ ਆ ਕੇ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਹੈ, ਤੁਹਾਨੂੰ ਬਹੁਤ ਹੀ ਵਧੀਆ ਅਤੇ ਇੱਕ ਅੱਛੀ ਹਾਈ ਕਲਾਸ ਫੈਸਿਲਿਟੀ ਪ੍ਰੋਵਾਈਡ ਹੋਵੇਗੀ। ਇੱਕ ਵਾਰ ਫਿਰ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਵੀ ਹੁਣ ਖੁੱਲ੍ਹ ਚੁੱਕਿਆ ਹੈ ਵਰਲਡ ਕਲਾਸ ਫੈਸਿਲਿਟੀ ਵਾਲਾ ਟੋਨੀ ਐਂਡ ਗਾਈ ਯੂਨੀਸੈਕਸ ਸਲੂਨ। ਜੀ, ਮੇਰਾ ਨਾਮ ਪੂਰ ਸਦੇਵ ਅਤੇ ਇਹ ਮੇਰੇ ਬ੍ਰਦਰ ਅਜੇ ਹੋਰੀ ਭਾਅ ਜੀ, ਅਤੇ ਅੱਜ 10th November ਨੂੰ ਅਸੀਂ ਓਪਨਿੰਗ ਕੀਤੀ ਹੈ ਟੋਨੀ ਐਂਡ ਗਾਈਜ਼ ਦੀ ਅੰਮ੍ਰਿਤਸਰ ਦੇ ਵਿੱਚ, ਪਹਿਲੀ ਇੰਟਰਨੈਸ਼ਨਲ ਫਰੈਂਚਾਈਜ਼ ਹੈ ਸੈਲੂਨ ਦੀ। ਅਤੇ ਸਾਰੇ ਹੀ ਅੰਮ੍ਰਿਤਸਰ ਵਾਸੀਆਂ ਨੂੰ ਰਿਕੁਐਸਟ ਕਰਦੇ ਹਾਂ ਕਿ ਵੀ ਪਲੀਜ਼ ਸਾਰੇ ਜਣੇ ਆਓ ਅਤੇ ਸਰਵਿਸਿਜ਼ ਨੂੰ ਇੰਜੋਏ ਕਰੋ। ਅਤੇ ਬਾਕੀ ਸਾਰਾ ਡਿਟੇਲਸ ਸਾਡੇ ਮੈਨੇਜਰ ਦੇਣਗੇ ਤੁਹਾਨੂੰ ਕਿ ਇਹ ਫਰੈਂਚਾਈਜ਼ੀ ਦੇ ਸਾਰੇ ਬਾਰੇ ਸਾਰੀ ਚੀਜ਼ਾਂ ਤੁਹਾਨੂੰ ਆ ਮੈਨੇਜਰ ਦੱਸਣਗੇ ਜੀ। ਟੋਨੀ ਐਂਡ ਗਾਈ ਕੀ ਮੈਨੇਜਰ ਹੂੰ, ਇਹ ਦੂਸਰੇ ਮੈਨੇਜਰ ਹੈ, ਐਂਡ ਵੀ ਹੈਵ ਅ ਸਟਾਕ ਬੋਏ ਐਜ਼ ਵੈਲ। ਅੰਮ੍ਰਿਤਸਰ ਰਣਜੀਤ ਐਵੀਨਿਊ ਹਲਦੀਰਾਮਸ ਬਿਲਡਿੰਗ ਮੈਂ ਇਹ ਬੇਸਮੈਂਟ ਮੈਂ ਓਪਨ ਹੋਆ ਹੈ ਟੋਨੀ ਐਂਡ ਗਾਈਜ਼ ਕੀ। ਓਵਰਆਲ 615 ਬ੍ਰਾਂਚਿਸ ਹੈ ਐਂਡ ਅੰਮ੍ਰਿਤਸਰ ਮੈਂ ਇਹ ਪੰਜਾਬ ਕੀ 4th ਬ੍ਰਾਂਚ ਹੈ, ਐਂਡ ਆਈ ਰਿਕੁਐਸਟ ਯੂ ਆਲ ਟੂ ਕਮ ਐਂਡ ਵਿਜ਼ਿਟ ਹੇਅਰ। ਐਂਡ ਯਹਾਂ ਪੇ ਓਪਨਿੰਗ ਪੈਕੇਜਿਸ ਆ ਰਹੇ ਹੈ, ਬਹੁਤ ਅੱਛੇ ਅੱਛੇ ਪੈਕੇਜਿਸ ਹੈ, ਐਂਡ ਵੀ ਹੈਵ ਲਗਜੀਰੀਅਸ ਬ੍ਰਾਂਡ ਐਂਡ ਲਗਜੀਰੀਅਸ ਐਕਸਪੀਰੀਅੰਸ, ਐਂਡ ਯੂ ਗਾਈਜ਼ ਵਿਲ ਇੰਜੋਏ ਇਟ ਫੋਰ ਸ਼ੋਰ। ਟੋਨੀ ਐਂਡ ਗਾਈ ਇਜ਼ ਨੋਨ ਫਾਰ ਇਟਸ ਲਗਜੀਰੀਅਸ ਬ੍ਰਾਂਡਸ ਐਂਡ ਲਗਜੀਰੀਅਸ ਸਰਵਿਸਿਸ। ਯਹਾਂ ਪੇ ਪਿੰਕਨੀ ਵੈਕਸ ਐਂਡ ਹੇਅਰਸ ਮੈਂ ਯਹਾਂ ਪੇ ਆਪਕੋ ਸਿਰਫ ਲਗਜੀਰੀਅਸ ਬ੍ਰਾਂਡਸ ਮਿਲੇਂਗੇ ਐਂਡ ਨਥਿੰਗ ਐਲਸ। ਐਂਡ ਯਹਾਂ ਕੇ ਜੋ ਇੰਪਲੋਈਜ਼ ਹੈ ਦੇ ਆਰ ਆਲ 20+ ਐਕਸਪੀਰੀਅੰਸ, 20+ ਈਅਰਸ ਕੇ ਐਕਸਪੀਰੀਅੰਸ ਸੇ ਆਏ ਹੋਏ ਹੈ। ਯਹਾਂ ਪੇ ਸਭ ਲੰਡਨ ਸੇ ਟ੍ਰੇਨਰਸ ਆਏ ਹੈ, ਵਹਾਂ ਪੇ ਦਿੱਲੀ ਸੇ ਟ੍ਰੇਨਿੰਗ ਲੈ ਕੇ ਆਏ ਹੈਂ। ਯਹਾਂ ਪੇ ਨੋਬਡੀ ਇਜ਼ ਹੇਅਰ, ਨੋ ਦ ਟੀਮ ਇਜ਼ ਨੋਟ ਰੋ ਐਟ ਆਲ। ਯਹਾਂ ਪੇ ਸਭ ਐਕਸਪੀਰੀਅੰਸਡ ਹੈ, ਸਭ ਕੇ ਯਹਾਂ ਪੇ ਆਪਣੇ ਟੈਕਨੀਕਸ ਹੈ। ਯਹਾਂ ਪੇ ਆਪਕੋ ਹਰ ਕਿਸੀ ਕਾ ਆਪਣਾ ਔਰਾ ਮਿਲੇਗਾ। ਪਲੀਜ਼ ਆਈਏ ਐਂਡ ਯਹਾਂ ਪੇ ਆ ਕੇ ਵਿਜ਼ਿਟ ਕੀਜੀਏ। ਨਾਮ ਬਤਾ ਦੇਣਾ। आशिया गंडा। आई एम शामी, होम फ्रॉम दिल्ली, टॉन गाय हेड ऑफिस। ये जो टॉन गाय ब्रांड है, ये लंदन की ब्रांड है। ये टोनी मस्कारोनी ने ओपन करी थी, एक छोटी ब्रांच ओपन हुई थी। देर और इसको 60 ईयर हो गए इस चैन को चलते हुए। देर आर 38 कंट्रीज में अवेलेबल है, और इंडिया में जो मेन सोनाली भामरे जी, उन्होंने स्टार्ट की 12 ईयर्स पहले। एंड देन इसकी मतलब मोस्ट इंपॉर्टेंट जाना जाता है मेन अपनी लग्जरी प्रोफेशनल वर्क की उस ब्रांड से। धीरज प्रोफेशनल और जितनी मेन है, ये अपनी नॉलेज को ज़्यादा अपग्रेडेड करता है। एक एक जो स्टाइलिश होता है प्रॉपर, और इसके खुद के भी अपने प्रोडक्ट हैं जो हेयर को लेवल एम जो है और सासा मस्कैलर ने ओपन किया था 2003 में, 2010 में ये आया था ऑल ओवर, मतलब इंडिया में स्टार्टेड हुआ था। सेपरेट जो मतलब इसके जो शैम्पूज वगैरह हैं, दे आर ऑल हेयर यूजर विदाउट कैमिनेटेटेड। तो ये हमारा जो है कुंवर सर और मानव सर और अजय सर जो अमृतसर में लेकर आए, हम जो बेस्ट करेंगे, जो लंदन में सर्विस और कनाडा में मिलती है वही हम बेस्ट करेंगे कि अमृतसर में मिले। अमृतसर की मार्केट में अवॉर्डिंग आपको कैसा लगता है कि रिस्पॉन्स आपको मिले? ये सर अमृतसर की रंजीत एवेन्यू बॉस एरिया है, तो देर हम बेस्ट सर्विस का बेस्ट रहेगा। ये सैलून ओनली फॉर लेडीज या यूनिसेक्स? यूनिसेक्स है। तो सर्विसेज मेल फीमेल दोनों? दोनों, ऑल हेयर यूजर्स।